ਤੂੰ ਕੀ ਸੋਚਦੀ ਆ ਵੀ ਇੱਥੇ ਪਤਾ ਨੀ ਲੱਗਦਾ, ਸਭ ਪਤਾ ਲੱਗਦਾ ਭੈਣ ਚੋਦੀਏ। ਉਹ ਭੈਣ ਦੀ ਲੋੜੀ ਏ, ਭੈਣ ਚੋਦੀ ਏ, ਤੂੰ ਮੈਨੂੰ ਕਹਿੰਦੀ ਆ ਵੀ ਮੈਂ ਜਹਾਜ ਦੇ ਵਿੱਚ ਆਪਣੀ ਭੈਣ ਦਾ ਪੁੱਤਾ ਨੀ ਪੜਵਾਇਆ। ਅਬੀਨਾ ਮਲਕ ਭੈਣ ਚੋਦੀ ਇੰਡੀਆ ਚ ਗਈ ਇਹਨੇ, ਭੈਣ ਚੋਦੀ ਨੇ ਇੱਥੇ ਬਾਹਮਣਾ ਤੋਂ ਫੁੱਦੀ ਪੜਵਾਈ। ਹੁਣ ਭੈਣ ਚੋਦੀ ਨੇ ਕਨੰਗੀ ਜੀ ਫੋਟੋ ਖਿਚਾ ਕੇ ਆਪਣੀ ਉੱਤੇ ISI ਦਾ ਨਾਂ ਲਿਖਤਾ। ISI ਦਾ ਨਾਂ ਪਤਾ ਕਦੇ ਲਿਖਿਆ? ਜਾਣ ਕੇ ਲਿਖਿਆ, ਕਿਉਂਕਿ ਲੰਨ ਤਾਂ ਬੀਨਾ ਮਲਕ ਦੀ ਫੁੱਦੀ ਚ ਰਾਹ ਦੇ ਗਏ ਜਾਂ ਮਸਾਦ ਦੇ ਗਏ, ਨਾ ISI ਦਾ ਬਦਨਾਮ ਕਰਤਾ ਭੈਣ ਚੋਦੀ ਨੇ। ਤੋ ਭੈਣ ਦੀ ਲੋੜੀ ਇੱਥੇ ਗੰਡੂ ਜੇ ਬੈਠੇ ਨੇ, ਇਹਨਾਂ ਨੂੰ ਕੀ ਪਤਾ ਵੀ ਪਾਕਿਸਤਾਨ ਮੁਸਲਮਾਨ ਕੁੜੀਆਂ ਤੇ ਫੁੱਦਿਆਂ ਦਾ ਜਿਹਾਦ ਕਿੱਦਾਂ ਚਲਾਈ ਤੇ ਇਹਨਾਂ ਨੂੰ ਕੁਛ ਨੀ ਪਤਾ। ਮੇਰਾ ਬੜਾ ਜੂਸਫ ਕਜਾਬ ਤੇ ਮੇਰੀ ਜਿਹੜੀ ਅੰਮੀ ਸੀਗੀ ਨੂਰ ਵੱਲੋਂ ਵਸਤੀ ਟੋਪ ਦੀ, ਉਹ ਭੈਣ ਦੀ ਲੋੜੀਆਂ ਦੋਨੇ ਇਹ ਸਾਲੇ ਇਹੋ ਜਿਹੀ ਗੰਦੀਆਂ, ਇਹਨਾਂ ਨੇ ਭੈਣ ਚੋਤ ਕੰਮ ਕੀਤੇ, ਇਸਲਾਮ ਦੀ ਇਹੋ ਜਿਹੀ ਇਹਨਾਂ ਨੇ ਮਾਂ ਦੀ ਲੰਘ ਦਿੱਤੀ ਵੀ ਮੈਂ ਗੰਦੀ ਸੱਟ ਪੈਦਾ ਹੋਇਆ। ਫਿਰ ਪਾਕਿਸਤਾਨ ਦਾ ਜਨਮ ਹੀ ਮੁਸਲਮਾਨ ਕੁੜੀਆਂ ਦੇ ਫੁੱਦਿਆਂ ਦੇ ਵਿੱਚ ਹਿੰਦੂਆਂ ਦੇ ਲੰਨ ਪਾਉਣ ਲਈ ਹੋਇਆ। ਭੈਣ ਦੀ ਲੋੜੀਏ ਤੂੰ ਇੱਥੇ ਤੈਨੂੰ ਗੱਲਾਂ ਆਉਂਦੀਆਂ ਭੈਣ ਚੋਦੀਏ, ਜਦੋਂ ਜਾਂਦੇ ਨਾ ਕਸ਼ਮੀਰ ਚ ਪਾਕਿਸਤਾਨ ਮੁਸਲਮਾਨ ਕੁੜੀਆਂ ਦੇ ਵਿੱਚ ਫੁੱਦੇ ਚ ਇੰਡੀਆ ਦਾ ਏਡਾ ਏਡਾ 10-12 ਇੰਚ ਦਾ ਲੰਨ, ਉਦੋਂ ਪਤਾ ਲੱਗਦਾ ਗਾਂਡ ਫੜ ਕੇ ਹੱਥ ਆਉਂਦੀ ਆ। ਇਹ ਤਾਂ ਸਾਡੀਆਂ ਮੁਸਲਮਾਨ ਭੈਣਾਂ ਨੇ ਲਾਲ ਮਸਜਿਦ ਦੀਆਂ ਜਿਹੜੀਆਂ ਫੁੱਦੇ ਦੇ ਵਿੱਚ ਨੰਬਰ 1 ਸੀਗੀਆਂ, ਉਹਨਾਂ ਦੀ ਬੁੱਟ ਕਟਾਈ ਸੀ ਗਾਜੀ ਰਸ਼ੀਦ ਨੇ, ਭੈਣ ਚੋਦ ਨੇ, ਗਾਜੀ ਰਸ਼ੀਦ ਭੈਣ ਕੱਲੋੜ ਪਾਕਿਸਤਾਨ ਮੁਸਲਮਾਨ ਕੁੜੀਆਂ ਦੇ ਫੁੱਦਿਆਂ ਦੀ ਕੱਲਾ ਹੀ ਦਲਾਲੀ ਕਰਦਾ ਸੀ, ਸਾਰੇ ਪੈਸੇ ਖਾਂਦਾ ਸੀ। ਮੈਂ ਕਰਤੀ ਮੁਸ਼ਰਮ ਨੂੰ ਸ਼ਿਕਾਇਤ, ਮੁਸ਼ਰਮ ਨੇ ਸਾਲੀ ਇਹਦੀ ਬੁੱਟ ਕਟਾਤੀ। ਹੁਣ ਤੂੰ ਭੈਣ ਚੋਦੀ ਕਹੀ ਜਾਂਦੀ ਆ ਵੀ ਮੇਰਾ ਭੈਣ ਚੋਦੀ ਹੈ ਬੁੱਟ ਦੇਣ ਦਾ ਵੀ ਕੰਮ ਆ। ਹਾਂ ਮੈਂ ਭੈਣ ਚੋਦੀ ਹੈ ਇੰਡੀਅਨ ਦੇ ਜੇ ਮੈਂ 4 ਕਲੀਆਂ ਨੂੰ ਚੁੰਗ ਲੈਣਾ ਜਾਂ ਇੰਡੀਅਨ ਬੰਦਿਆਂ ਨੂੰ ਬੁੱਟ ਦੇ ਦੇਣਾ ਤਾਂ ਤੁਹਾਨੂੰ ਕੀ ਹੁੰਦਾ? ਤੂੰ ਭੈਣ ਦੀ ਲੋੜੀ, ਤੇਰਾ ਭੋਸੜਾ ਦੇਖਿਆ ਤੂੰ ਕਿੱਦਾਂ? ਭੈਣ ਚੋਦੀ ਮੈਨੂੰ ਸਭ ਪਤਾ ਤੂੰ ਕਿਹਦੇ ਕਿਤੇ ਲੰਨ ਲਏ ਆ। ਔਰ ਜਦੋਂ ਮੇਰੀ ਕੁੜੀ ਨੇ ਨੰਗੀ ਹੋਣਾ ਨਾ ਭੈਣ ਚੋਦੀਆਂ ਇੰਡੀਆ ਦਾ ਲੰਨ, ਜਦੋਂ ਜਾਣੇ ਮੇਰੀ ਕੁੜੀ ਦਾ ਫੁੱਦੇ ਚ ਇਹਨੇ ਚੈਲੰਜ ਕਰਤਾ ਵੀ ਜੈਦ ਮੀਰ ਦੀ, ਕਹਿੰਦਾ ਕਹਿੰਦੀ ਆਪਣੀ ਕੁੜੀ ਭੇਜੇ ਆਪਣੀ ਭੈਣ ਭੇਜੇ ਇੱਥੇ ਨੰਗੀ ਹੋਣ ਲਈ। ਮੈਂ ਤਾਂ ਭੈਣ ਚੋਦੀ, ਮੇਰੀ ਤਾਂ ਅੰਮੀ ਵੀ ਲਾਲ ਕਿਲੇ ਤੇ ਜਾ ਕੇ ਨਹਿਰੂ ਦੇ ਮੂਹਰੇ ਭੈਣ ਚੋ ਭੁਸੜਾ ਖੋਲ ਕੇ ਬਹਿੰਦੀ ਸੀ, ਉਹਨੂੰ ਤਾਂ ਉੱਥੇ ਕਦੇ ਪਰਵਾਹ ਨਹੀਂ ਕੀਤੀ ਇੰਡੀਆ ਦੇ ਲੰਨ ਜਿੰਨੇ ਮੈਂ ਲਏ ਆ। ਮੇਰੇ ਖਾਨਦਾਨ ਤੋਂ ਜਿੰਨੇ ਇੰਡੀਆ ਦੇ ਲੰਨ ਤੇ ਆਖਿਆ, ਮੈਂ ਤਾਂ ਕਿਸੇ ਮੁਸਲਮਾਨ ਕੁੜੀਆਂ ਦੇ ਖਾਨਦਾਨ ਦਾ ਹੋਣਾ ਨੀ ਭੈਣ ਚੋਦੀ ਹੈ। ਮੈਂ ਤਾਂ ਜਿਹਾਦ ਦੇ ਵਿੱਚ ਆਪਣੀ ਭੈਣਾਂ ਤੋਂ ਪੁੱਤਾ ਬਰਬਾਦ ਕੀਤਾ। ਪਾਕਿਸਤਾਨ ਜੂਸ ਨੂੰ ਮੈਂ ਇਹ ਕਹਿੰਦਾ ਕਿ ਮੇਰੀ ਜਿਹੜੀ ਛੋਟੀ ਕੁੜੀ ਹੈ ਨੂਰ ਵੱਲੋਂ ਫਾਤਮਾ ਗਸਤੀ, ਉਹਦੇ ਅੰਡਰ ਕੰਮ ਕਰੋ ਤੇ ਆਪਣੀ ਭੈਣਾਂ ਦੇ ਪੁੱਤੇ ਪੜਵਾਵੋ।